ਸਾਜ਼ਿਸ਼ਾਂ ਹੋਈ ਨੇ, ਰਨ ਦੀ ਹੋਈ ਹੈ ਜ਼ਮੀਨ ਦਾ ਟੁਕੜਾ ਖੋਲ ਵਾਸਤੇ। ਸੋ ਦਿੱਲੀ ਟੀਮ ਮੋਰਚਾ ਜਿਹੜਾ ਲੱਗਿਆ ਵਾ, ਸਾਰੇ ਜ਼ਿਲ੍ਹੇ ਵੀ ਜਥੇਬੰਦੀਆਂ, ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ, ਇਸ ਟੀਮ ਗੈਰ ਰਾਜਨੀਤਿਕ ਜਿਹੜਾ ਬਾਕੀ ਜਥੇਬੰਦੀਆਂ ਨੇ ਸਹਿਯੋਗ ਕੀਤਾ ਵਾ, ਲਗਭਗ 100 ਦੇ ਕਰੀਬ ਜਥੇਬੰਦੀਆਂ ਅੱਜ ਦਿੱਲੀ ਦੇ ਦੌਰਾਂ ਤੇ ਬੰਬ ਰਹੀਆਂ ਨੇ। ਸੋ ਮੇਰੇ ਵੀਰੋ, ਇੱਕ ਮਿੰਟ ਹੋ ਕੇ ਲੜਨਾ ਚਾਹੀਦਾ ਵਾ। ਇੱਕ ਪਾਸੇ ਵੇਖੋ ਕੱਟੜ ਸਰਕਾਰ ਆਪਣੇ ਤੇ ਕੀ ਜ਼ੁਲਮ ਕਰ ਰਹੀ ਹੈ, 3 ਦਿਨ ਹੋ ਗਏ ਆਪਣੇ ਨੌਜਵਾਨਾਂ ਨੂੰ ਇਹਨਾਂ ਦਾ ਜ਼ੁਲਮ ਜਿਹੜਾ ਸਹਿ ਰਹੇ ਆ, ਜਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਆ, ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਚਾਹੀਦਾ ਵਾ। ਸੋ ਮੇਰੇ ਵੀਰੋ, ਸਾਡਾ ਦੋਸਤੋ, ਜਿਵੇਂ ਕਿ ਸਵੇਰੇ ਤੁਹਾਡੇ ਨਾਲ ਅਪਡੇਟ ਸ਼ੇਅਰ ਕੀਤਾ ਸੀ ਕਿ ਕੱਲ ਸੰਭੂ ਬਾਰਡਰ ਤੇ ਕਿਸ ਤਰ੍ਹਾਂ ਜਦੋਂ ਨੌਜਵਾਨ ਕੇਸਰੀ ਝੰਡਾ ਤੇ ਕਿਸਾਨੀ ਝੰਡਾ ਇੱਕ ਪੋਲ ਤੇ ਲਗਾ ਰਹੇ ਸਨ ਜਿਸ ਦੀ ਉਚਾਈ 30 ਫੁੱਟ ਦੇ ਕਰੀਬ ਹੈ, ਤਾਂ ਉੱਥੋਂ ਇੱਕ ਨੌਜਵਾਨ ਕਿਸ ਤਰ੍ਹਾਂ ਗਿਰ ਗਿਆ ਸੀ। ਪਰ ਜਿਵੇਂ ਕਿ ਕਿਹਾ ਜਾਂਦਾ ਕਿ ਪੰਜਾਬੀਆਂ ਦੇ ਜਜ਼ਬੇ ਨੂੰ ਦੁਨੀਆ ਤਾਂ ਹੀ ਸਲਾਮ ਕਰਦੀ ਹੈ ਕਿਉਂਕਿ ਪੰਜਾਬੀ ਜਿਹੜਾ ਕੰਮ ਇੱਕ ਵਾਰ ਮਨ ਦੇ ਵਿੱਚ ਸੋਚ ਲੈਂਦੇ ਨੇ ਉਸ ਨੂੰ ਪੂਰਾ ਕਰਕੇ ਹੀ ਸਾਹ ਲੈਂਦੇ ਨੇ, ਤੇ ਇਸੇ ਤਰ੍ਹਾਂ ਹੀ ਨੌਜਵਾਨਾਂ ਨੇ ਉਸੇ ਪੋਲ ਤੇ ਝੰਡੇ ਲਗਾ ਦਿੱਤੇ ਨੇ। ਨਾਲ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਫੋਟੋ ਵੀ ਲਗਾ ਦਿੱਤੀ ਹੈ, ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਵੀ ਪੋਸਟਰ ਲਗਾਇਆ। ਤੇ ਦੋਸਤੋ, ਨਾਲ ਹੀ ਤੁਹਾਡੇ ਨਾਲ ਅੱਜ ਦੀ ਖਬਰ ਸ਼ੇਅਰ ਕਰਦੇ ਹਾਂ ਕਿਸ ਤਰ੍ਹਾਂ ਇੱਕ ਕੁੜੀ ਆਪਣੀ ਨੌਕਰੀ ਛੱਡ ਕੇ ਕਿਸਾਨਾਂ ਦੇ ਲਈ ਡਟ ਗਈ ਹੈ ਸੰਭੂ ਬਾਰਡਰ ਤੇ, ਉਹਨਾਂ ਦੇ ਨਾਲ ਹੋਈ ਖਾਸ ਗੱਲਬਾਤ ਵੀ ਦੇਖੋ ਵੀਡੀਓ ਦੇ ਵਿੱਚ, ਤੇ ਇਸ ਸਾਰੇ ਮਾਮਲੇ ਬਾਰੇ ਆਪਣੇ ਵਿਚਾਰ ਕਮੈਂਟਾਂ 'ਚ ਸ਼ੇਅਰ ਕਰਨਾ। ਆਓ ਦੇਖੋ ਇਹ ਪੂਰੀ ਵੀਡੀਓ। ਦਵਾਈਆਂ ਦੇ ਲੰਗਰ ਵੀ ਚੱਲ ਰਹੇ ਨੇ, ਇਹ ਕਿਹੜੀ ਸੰਸਥਾ ਵੱਲੋਂ ਇਹ ਦਵਾਈਆਂ ਦਾ ਲੰਗਰ? ਨਹੀਂ, ਪਰਸਨਲੇ ਆ, ਪਰਸਨਲ ਫਤਿਹਗੜ੍ਹ ਸਾਹਿਬ ਤੋਂ ਆਏ। ਠੀਕ ਹੈ ਜੀ, ਤੁਹਾਡੇ ਵੱਲੋਂ ਹੀ ਲਗਾਏ? ਹਾਂ, ਸੀ ਮੇਰੇ ਛੋਟਾ ਵੀਰ ਆ ਤੇ ਮੈਂ ਆ ਤੇ ਹੋਰ ਸੱਜਣਾ ਜਿਨ੍ਹਾਂ ਨੇ ਵੀ ਸਾਨੂੰ ਗੁਰਦਾਨ ਦਿੱਤਾ ਹੈ। ਠੀਕ ਕਿਵੇਂ ਦਾ ਪ੍ਰਬੰਧ ਕੀਤਾ ਗਿਆ ਜੀ ਤੁਹਾਡੇ ਵੱਲੋਂ, ਜੋ ਮੈਡੀਕਲ ਲੰਗਰ ਕਹਿ ਸਕਦੇ ਲਗਾਇਆ ਗਿਆ? ਹਾਂਜੀ ਬਿਲਕੁਲ, ਮੈਡੀਕਲ ਸੇਵਾ ਆਪਾਂ ਫ੍ਰੀ ਸੇਵਾ ਕਰ ਰਹੇ ਹਾਂ ਕਿਸਾਨਾਂ ਦੀ। ਸਾਡੀ ਪਹਿਲੀ ਐਂਬੂਲੈਂਸ ਸੀ ਜੋ ਇੱਥੇ ਪਹੁੰਚੀ ਸੀ 13 ਤਰੀਕ ਨੂੰ, ਆਪਾਂ ਸਵੇਰੇ ਇੱਥੇ ਪਹੁੰਚੇ ਸੀਗੇ। ਜਦੋਂ ਆਪਾਂ ਸੋਸ਼ਲ ਮੀਡੀਆ 'ਤੇ ਦੇਖਿਆ ਕਿ ਇਹਨਾਂ ਦੇ ਨਾਲ ਇੰਨੀ ਤਸੱਦਦ ਹੋ ਰਹੀ ਹੈ, ਆਪਣਾ ਆਪਾਂ 100-150 ਬੰਦੇ ਦਾ ਤਿਆਰ ਕਰਕੇ ਫਸਟ ਏਡ ਇੱਥੇ ਪਹੁੰਚੇ ਸੀ। ਪਰ ਜਦੋਂ ਇੱਥੇ ਆ ਕੇ ਆਪਾਂ ਦੇਖਿਆ ਕਿ ਇੱਥੇ ਜ਼ਿਆਦਾ ਹੀ ਬੁਰਾ ਹਾਲ ਹੈ ਲੋਕਾਂ ਦਾ, ਔਰ ਸਾਡੇ ਕੋਲ ਆਲਮੋਸਟ ਕੱਲ੍ਹ ਵੀ ਦਵਾਈਆਂ 2 ਵਾਰੀ ਖਤਮ ਵੀ ਹੋਈਆਂ। ਪਹਿਲਾਂ ਹੀ 2 ਘੰਟੇ ਜਦੋਂ ਆਪਾਂ ਇੱਥੇ ਪਹੁੰਚੇ, 2 ਘੰਟੇ ਅਸੀਂ ਦਵਾਈਆਂ ਆਲਮੋਸਟ ਖਤਮ ਹੋ ਚੁੱਕੀਆਂ ਸੀਗੀਆਂ, ਬਟ ਲੋਕਾਂ ਨੇ ਬਹੁਤ ਮਾਣ ਸਤਿਕਾਰ ਬਖਸ਼ਿਆ ਸਾਨੂੰ। ਆਪਾਂ ਕੁਛ ਵੀ ਇੱਦਾਂ ਦਾ ਸੋਚ ਕੇ ਵੀ ਨਹੀਂ ਤੁਰੇ ਸੀ, ਲੋਕ ਇੰਨਾ ਜ਼ਿਆਦਾ ਪਿਆਰ ਦਊਗੇ ਸਾਨੂੰ। ਸਾਨੂੰ ਟੈਂਟ ਦੀ ਪ੍ਰਬੰਧੀ, ਦਵਾਈਆਂ ਦੀ ਪ੍ਰਬੰਧੀ, ਹੋਰ ਵੀ ਬਹੁਤ ਦੂਰੋਂ ਦੂਰੋਂ ਸਾਡੇ ਭਾਈ ਜਿਹੜੇ ਆ ਸੇਵਾ ਕਰਨ ਆ ਰਹੇ ਨੇ, ਅਤੇ ਇੱਦਾਂ ਹੀ ਮੈਂ ਕਹਿੰਦੀ ਹਾਂ ਕਿ ਇੱਦਾਂ ਹੀ ਸਾਨੂੰ ਮਾਣ ਸਤਿਕਾਰ ਹਮੇਸ਼ਾ ਮਿਲਦਾ ਰਹੇ, ਅਤੇ ਆਪਾਂ ਇੱਦਾਂ ਹੀ ਸੇਵਾ 'ਚ ਆਪਣੀ ਜ਼ਿੰਦਗੀ ਇਹਨਾਂ ਦੇ ਨਾਲ ਲਈਏ। ਕੀ ਨਾਮ ਹੈ ਅਤੇ ਕਿਹੜੀ ਜਗ੍ਹਾ ਤੋਂ? ਮੇਰਾ ਨਾਮ ਹਿਨਾ ਹੈ ਅਤੇ ਮੈਂ ਨਰਸਿੰਗ ਸਟਾਫ ਹਾਂ ਜਲੰਧਰ।
ਤੋਂ ਤੇ ਦੇਖ ਰਿਹਾ ਤੁਹਾਡੇ ਲੱਤ ਚ ਵੀ ਪ੍ਰੋਬਲਮ ਲੱਗ ਰਹੀ ਹੈ ਸਮੇਂ ਤੇ ਫਿਰ ਵੀ ਤੁਸੀਂ ਡਟੇ ਹੋਏ ਹੋ? ਬਿਲਕੁਲ, ਮੇਰੇ ਲਿਗਾਮੈਂਟ ਇੰਜਰੀ ਹੈ, 2 ਮਹੀਨੇ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਸੀ, ਡਾਕਟਰ ਨੇ ਆਪਰੇਸ਼ਨ ਲਈ ਦੱਸਿਆ ਹੋਇਆ, ਬਟ ਮੈਂ ਈਵਨ ਆਪਣੇ ਆਫਿਸ ਤੋਂ ਜੋਬ ਛੱਡ ਕੇ ਆਪਣੀ, ਤੇ ਮੈਂ ਐਕਚੁਅਲੀ ਛੁੱਟੀ ਲਈ ਸੀ ਕਿ ਪੇਨ ਹੋ ਰਹੀ ਸੀ, ਮੈਂ ਘਰ ਬੈਠੀ ਤੇ ਇਹਨਾਂ ਸੋਸ਼ਲ ਮੀਡੀਆ ਤੇ ਜੋ ਦੇਖਿਆ ਆਪਣੇ ਬਜ਼ੁਰਗ ਭਾਈ ਔਰ ਆਪਣੀ ਨੌਜਵਾਨ ਪੀੜ੍ਹੀ ਲੜ ਰਹੀ ਹੈ ਉੱਥੇ, ਔਰ ਇੰਨੇ ਜਜ਼ਬੇ ਦੇ ਨਾਲ ਇੰਨੀ ਹਿੰਮਤ ਦੇ ਨਾਲ ਉੱਥੇ ਜਾ ਰਹੇ ਨੇ, ਤੇ ਉਹਨਾਂ ਵੱਲ ਦੇਖ ਕੇ ਮੇਰੀ ਵੀ ਪੇਨ ਠੀਕ ਹੋਈ ਤੇ ਮੈਂ ਉਹਨਾਂ ਦੀ ਸੇਵਾ ਲਈ ਇੱਥੇ ਪਹੁੰਚੀ ਗਾ। ਤੇ ਇਸ ਤਰ੍ਹਾਂ ਜਿਵੇਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਹੋਰ ਹਮਲਾ ਹੋ ਰਿਹਾ, ਫਿਰ ਵੀ ਤੁਸੀਂ ਬਿਲਕੁਲ ਨੇੜੇ ਹੀ ਡਟੇ ਹੋਏ ਹੋ, ਹਾਂਜੀ, ਡਰ ਨਹੀਂ ਲੱਗਦਾ ਕਿਸ ਤਰ੍ਹਾਂ? ਨਹੀਂ ਨਹੀਂ, ਇੱਦਾਂ ਦਾ ਕੋਈ ਡਰ ਨਹੀਂ ਹੈ, ਸਗੋਂ ਜੇ ਜਿੱਦਾਂ ਇਹ ਬਜ਼ੁਰਗ ਮੇਰੇ ਕੋਲ ਆ ਰਹੇ ਨੇ, ਇਹਨਾਂ ਨੂੰ ਅਥਰੂ ਗੈਸ ਦੇ ਗੋਲਿਆਂ ਤੋਂ ਵੀ ਬਹੁਤ ਇਹਨਾਂ ਦੀ ਅੱਖਾਂ 'ਚ ਪ੍ਰਭਾਵ ਹੋ ਰਿਹਾ, ਸਾਡੇ ਕੋਲ ਆਈ ਡਰੋਪਸ ਲਈ ਸਾਰਾ ਕੁਝ ਪ੍ਰਬੰਧ ਹੈਗਾ ਇੱਥੇ, ਤੇ ਆਪਾਂ ਇਹਨਾਂ ਦੀ ਸੇਵਾ 'ਚ ਲਗਾਤਾਰ 3 ਦਿਨ ਤੋਂ ਜੁਟੇ ਹੋਏ ਹਾਂ। ਜਿਵੇਂ ਅਥਰੂ ਗੈਸ ਵਗੈਰਾ ਛੱਡੀ ਜਾ ਰਹੀ ਹੈ, ਕੋਈ ਸੁਝਾਅ ਦੇਣਾ ਚਾਹੋ ਜਿਹੜੇ ਵੀਰ ਅੱਗੇ ਫਰੰਟ ਤੇ? ਬਿਲਕੁਲ, ਮੈਂ ਉਹਨਾਂ ਨੂੰ ਇਹੀ ਸੁਝਾਅ ਦੇਣਾ ਚਾਹੂੰਗੀ ਕਿ ਪਹਿਲੇ ਤਾਂ ਜਿਹੜੀ ਅੱਖਾਂ 'ਤੇ ਉਹ ਜੇ ਕੁਛ ਮਿਲ ਸਕਦਾ ਐਨਕਾਂ ਉਨਕਾਂ ਉਹ ਪਾ ਕੇ ਜਾਣ, ਅਤੇ ਗਿੱਲਾ ਕੱਪੜਾ ਆਪਣੇ ਮੂੰਹ 'ਤੇ ਬੰਨ ਕੇ ਜਾਣ, ਅਤੇ ਜੀਭ 'ਤੇ ਨਮਕ ਜ਼ਰੂਰ ਲਗਾ ਕੇ ਜਾਣ ਤਾਂ ਕਿ ਧੂੰਏ ਦਾ ਪ੍ਰਭਾਵ ਉਹਨਾਂ ਨੂੰ ਘੱਟ ਪਵੇ ਔਰ ਉਹਨਾਂ ਨੂੰ ਬਰੀਦਿੰਗ 'ਚ ਵੀ ਕੋਈ ਪ੍ਰੋਬਲਮ ਨਾ ਆਵੇ। ਥੈਂਕ ਯੂ ਜੀ, ਸ਼ੁਕਰੀਆ। ਹਾਂਜੀ ਹਾਂਜੀ, ਲੱਗਣੀ ਸੀ। ਸੋ ਦੋਸਤੋ, ਕੀ ਕਹੋਗੇ ਇਸ ਕੁੜੀ ਦੇ ਜਜ਼ਬੇ ਬਾਰੇ? ਉੱਥੇ ਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜੋ ਕਿ ਰਵਿੰਦਰ ਤੋਮਰ ਦੀ ਹੈ, ਜੋ ਕਿ DSP ਗੋਹਾਣਾ ਹੈ, ਜਿਸ ਦੇ ਵਿੱਚ ਉਹ ਆਪਣੇ ਅਧਿਕਾਰੀਆਂ ਨੂੰ ਜੋ ਕਿਸਾਨ ਹਨ, ਆਪਣੇ ਸੰਘਰਸ਼ ਦੇ ਲਈ, ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਹਨ, ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ, ਉਸ ਦੇ ਬਾਰੇ ਦੱਸ ਰਿਹਾ ਹੈ। ਦੱਸਦੀ ਹੈ ਕਿ ਇਸ ਪੁਲਿਸ ਮੁਲਾਜ਼ਮ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਕਾਫੀ ਜ਼ਿਆਦਾ ਮਾੜਾ ਸਲੂਕ ਕਰ ਰਹੇ ਨੇ ਕਿਸਾਨਾਂ ਦੇ ਨਾਲ, ਕਿ ਜਿਵੇਂ ਕਹਿੰਦੇ ਨੇ ਹਨ ਕਿ ਜਿੱਥੇ ਜ਼ਿਆਦਾ ਮਾੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਚੰਗਾ ਵੀ ਹੁੰਦਾ ਹੈ, ਅਤੇ ਜ਼ਿਆਦਾਤਰ ਜੋ ਪੁਲਿਸ ਵਾਲੇ ਜਾਂ ਫਿਰ ਅਰਧ ਸੈਨਿਕ ਵਾਲ ਹਨ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ, ਉਹ ਵੀਡੀਓ ਹਰ ਰੋਜ਼ ਤੁਸੀਂ ਦੇਖਦੇ ਹੋ। ਦੇਖੋ ਇਹ ਵੀਡੀਓ, ਮਾਰਨੀ ਹੈ, ਲੱਠ ਨਹੀਂ ਮਾਰਨੇ, ਸਮਝ ਗਏ? ਹਾਂ, ਉਸੇ ਆਪਸੇ ਦੂਰੀ ਬਣੀ ਰਹੇਗੀ ਔਰ ਉਸਕੋ ਚੋਟ ਕਮ ਸੇ ਕਮ ਲਗੇਗੀ, ਔਰ ITBP ਕੋ ਹਮ ਪ੍ਰੈਕਟੀਕਲੀ ਕਰਕੇ ਬਤਾ ਜਾਏਗੀ ਕਿ ਇਹ ਖੋਦ ਕਿਆ ਹੈ। ਜੈਸੇ ਜੁਗਾੜ ਹੈ ਨਾ ਭਾਰਤ ਕਾ ਇੱਕ, ਇਹ ਹਰਿਆਣਾ ਕੀ ਇੱਕ ਇਨਵੈਂਸ਼ਨ ਹੈ, ਖੋਜ ਹੈ, ਖੋਦ, ਤੋ ਇਹ ਹਮੇ ਬਤਾ ਦੇਂਗੇ ਹਮ ਆਪਕੋ। ਜਹਾਂ ਸੇ ਇਸਸੇ ਕੋਈ ਵੀ ਪੈਦਾਵਾਰ ਕਿਸੇ ਤਰ੍ਹਾਂ ਦਾ ਸਪਸ਼ਟ ਕਰ ਦੇਤਾ ਹੂੰ, ਸਰ ਖੋਲ ਦੇ। ਅਸੀਂ ਵੀ ਕਿਸਾਨ ਹਾਂ, ਸਾਡੀ ਵੀ ਮਜਬੂਰੀ ਆ, ਤੁਹਾਡੀ ਵੀ ਮਜਬੂਰੀ। ਹਾਂਜੀ, ਅਸੀਂ ਇਹ ਰਿਕੁਐਸਟ ਕੱਲ ਵੀ ਕੀਤੀ ਸੀ, ਅੱਜ ਵੀ ਕਰੇ, ਸਾਡਾ ਕੋਈ ਇਰਾਦਾ ਤੁਹਾਡੇ ਤੋਂ ਬਲ ਪ੍ਰਯੋਗ ਦਾ, ਠੀਕ ਹੈ ਜੀ? ਦੋ ਚੀਜ਼ਾਂ ਅਸੀਂ ਸਾਫ਼ ਸਾਫ਼ ਕਹਿ ਦਿੰਦੇ ਕਿ ਤੁਸੀਂ ਵੀ ਸ਼ਾਂਤੀ ਨਾਲ ਬੈਠੋ, ਦੇਖੋ ਆਪ ਆ ਜਾਏ ਅੰਕ ਛੱਡ ਦੇ, ਲੇਕਿਨ ਹਰੇਕ ਮੋਗ ਨੇ 10-15 ਆਦਮੀ ਸ਼ਰਾਰਤੀ ਹੈ, ਦੇਖੋ ਹਾਂ, ਦੇਖ ਲੈ ਚੱਕ ਦੇ ਕੇ ਜਾਂਦੇ ਰੋੜੀਆਂ।
ਨਹੀਂ ਕਰੇਗੇ ਹਮ ਸਰ ਮੀਡੀਆ ਜੀ ਗੈਸ ਨਹੀਂ ਗੇਟ ਨਹੀਂ ਮੈਂ ਗੱਲ ਨਹੀਂ ਕਰਦੀ ਦੱਸੋ।